अस्सलाम वालेकुम जनाब, की हाल है? ठीक हो? अल्लाह पाक तुहानू ठीक रखे, आमीन। तो जनाब अज फिर घर साढ़े मोर आ गए ने, कल भी आए सन, अज फिर आ गए। अज तीन आए ने, चेक करो। एक जिहड़ा इहनां दा वड्डा मोर सी ना, उह नहीं आया। ए मेरे दो बच्चे ने, एक मोर नहीं है। अहमद इहनां नूं पाण लगे भोरे। इहनूं जनाब जानवरां दा बड़ा शौक है, जानवर रखण दा इहनूं बड़ा शौक है, मोर चूचे तित्तर वगैरह। ते ਉਹ ਸਾਹਮਣੇ ਜਗ੍ਹਾ ਜਨਾਬ ਬਈ ਹੈ ਸਾਡੇ ਕੋਲ, ਇਹ ਟੈਂਕੀ ਦੇ ਨਾਲ ਥੱਲੇ ਪਾਸੇ, ਉੱਥੇ ਇਨਸ਼ਾਅੱਲਾ ਜਿਹੜਾ ਨਾ ਜਾਨਵਰ ਰੱਖਣ ਦਾ ਵੀ ਇੰਤਜ਼ਾਮ ਕਰਾਂਗੇ, ਕਿਉਂਕਿ ਬਹੁਤ ਸ਼ੌਕ ਹੈ ਇਹਨੂੰ ਜਾਨਵਰ ਰੱਖਣ ਦਾ। ਤੋ ਸਾਰਾ ਕੁਝ ਜਿਹੜਾ ਨਾ ਇੱਥੇ ਰੱਖਾਂਗੇ, ਚੂਚੇ ਛੂਚੇ ਰੱਖਾਂਗੇ, ਸਾਰੀਆਂ ਚੀਜ਼ਾਂ। ਉਹ ਉਹਨਾਂ ਨੂੰ ਵੀ ਪਵਾ ਗਏ, ਅੰਗਾਂ ਵੀ ਸੱਟ, ਉਹ ਲਾਲੀਆਂ ਨੂੰ ਵੀ ਪਾ। ਚਾ ਆ ਜਾਂਦੀਆਂ ਨੇ ਆਪੇ। ਇਹ ਵੇਖੋ ਜੀ, ਜਿਹੜਾ ਵੱਡਾ ਮੋਰ ਸੀ ਨਾ, ਜਿਹਦੇ 'ਤੇ ਪੰਖ ਬੜੇ ਸੋਹਣੇ ਨੇ, ਉਹ ਨਹੀਂ ਆਇਆ। ਇਹ ਤਿੰਨ ਹੀ ਆਏ ਨੇ, ਅਤੇ ਕੱਲ੍ਹ ਵੀ, ਕੱਲ੍ਹ ਆਏ ਸਨ ਚਾਰੇ, ਅੱਜ ਆਏ ਨੇ ਤਿੰਨ। खूबसूरत मोर ने, वेखो इन्हें जनाब रोटी तो असीं भोरे पाने हैं, तो मतलब कि आ जाते हैं रोज़, ਬਹੁਤ ਦਿਨਾਂ ਤੋਂ ਆ ਰਹੇ ਨੇ। ਲੇਕਿਨ ਇੱਕ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਅਸਾਂ, ਅਤੇ ਇੱਕ ਵੀਡੀਓ ਹੁਣ ਬਣਾ ਰਹੇ ਹਾਂ ਮੋਰਾਂ ਦੀ, ਤਾਂ ਕਿ ਅਸਾਂ ਆਖਿਆ ਚਲੋ ਤੁਹਾਨੂੰ ਦੋਸਤਾਂ ਨੂੰ ਮੋਰ ਵੀ ਵਿਖਾਉਂਦੇ ਹਾਂ ਕਿ ਸਾਡੇ ਇੱਥੇ ਮੋਰ ਵੀ ਆਉਂਦੇ ਨੇ। ਅੱਜ ਵੱਡਾ ਮੋਰ ਨਹੀਂ ਆਇਆ ਯਾਰ, ਅਜੇ ਵੱਡਾ ਨਹੀਂ ਆਇਆ ਮੋਰ। ਹੈਂ, ਕਿਉਂ ਨਹੀਂ ਆਇਆ? ਕੱਲ੍ਹ ਪਾਏ ਸਨ ਦਾਣੇ? ਹਾਂ, ਚਲੋ ਜਿਸ ਵੇਲੇ ਆਵੇ ਨਾ ਹੈ ਉਹਨੂੰ ਦਾਣੇ ਪਾਈ। ਪਾ ਨੇ ਰੋਟੀ ਅੱਗੇ, ਲੜਦੇ ਨਹੀਂ ਉਹ। ਆ ਜਾ ਆ ਜਾ, ਖਾ ਲੈ ਤੂੰ ਵੀ, ਨਹੀਂ ਫੜਦੇ ਅਸੀਂ ਤੁਹਾਨੂੰ, ਖਾ ਲੈ ਖਾ ਲੈ। ਇਹ ਜੀ ਭੋਰੇ ਪਾਉਣ ਵਾਸਤੇ ਆਇਆ ਜੀ ਅਹਿਮਦ ਉੱਠ ਕੇ। ਇਹ ਛੁੱਟੀ ਸੀ, ਸੁੱਤੇ ਆ ਸੀ ਤਕਰੀਬਨ, ਨਤੀਜੇ ਬੋਲ ਗਏ ਇਹਨਾਂ ਬੱਚਿਆਂ ਦੇ, ਅਤੇ ਇਹ ਸੁੱਤੇ ਆ ਸਕੂਲਾਂ ਦੀਆਂ ਛੁੱਟੀਆਂ ਨੇ, ਇਹਨੂੰ ਉਠਾਇਆ। ਮੈਂ ਕਿਹਾ ਮੋਰ ਆਏ ਨਹੀਂ, ਅਤੇ ਜਲਦੀ ਜਲਦੀ ਜਨਾਬ ਉੱਠ ਕੇ ਆ ਗਿਆ, ਅਤੇ ਭੋਰੇ ਕੀਰਤਨ 'ਤੇ ਇਹਨਾਂ ਨੂੰ ਪਾਉਣ ਵਾਸਤੇ ਆ ਗਏ ਹਾਂ। ਅਤੇ ਤੁਸੀਂ ਜਨਾਬ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ, ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ, ਅਤੇ ਤੁਹਾਨੂੰ ਮਜ਼ੀਦ ਜਾਨਵਰ ਵੀ ਵਹਾਵਾਂ ਕਰਾਉਂਦੇ। ਫਿਲਹਾਲ ਉੱਥੇ ਅਸੀਂ ਨਾ ਆਈਏ, ਥੋੜ੍ਹੀ ਜਿਹੀ ਸਰਦੀ ਹੈ, ਅਤੇ ਸਰਦੀ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਨਾ, ਅਤੇ ਫਿਰ ਉੱਥੇ ਜਿਹੜਾ ਸਾਹਮਣੇ ਨਾਲ ਸਾਡੀ ਜਗ੍ਹਾ, ਉੱਥੇ ਜਨਾਬ ਕੋਈ ਪਰਿੰਦੇ ਪਰਿੰਦੇ ਲਿਆ ਕੇ ਰੱਖਾਂਗੇ, ਮੁਰਗੀਆਂ ਸ਼ੁਰਗੀਆਂ ਸਾਰਾ ਕੁਝ ਰੱਖਾਂਗੇ, ਕਿਉਂਕਿ ਅਹਿਮਦ ਨੂੰ ਬੜਾ ਸ਼ੌਕ ਹੈ ਇਸ ਚੀਜ਼ਾਂ ਦਾ, ਇਹਨਾਂ ਚੀਜ਼ਾਂ ਦਾ ਖਾਸ ਕਰਕੇ। ਅਤੇ ਇਸ ਤੋਂ ਪਹਿਲਾਂ ਦੋ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਨਾ ਇਹਨੇ ਚੂਚੇ ਲੈ ਲਏ ਸਨ ਭਾਈ ਕੋਲੋਂ। ਉਹ ਰੰਗ ਵਾਲੇ ਨਹੀਂ ਹੁੰਦੇ, ਲਾਲ ਅਤੇ ਪੀਲੇ ਕਲਰ ਦੇ ਜਿਹੜੇ ਚੂਚੇ ਹੁੰਦੇ ਨੇ, ਫਾਰਮੀ ਹੁੰਦੇ ਨੇ, ਉਹ ਲੈ ਆਇਆ ਸੀ, ਅਤੇ ਉਹ ਜਨਾਬ ਹੈ ਸੀ ਠੰਡ ਬਹੁਤ ਜ਼ਿਆਦਾ, ਉਹ ਵਿਚਾਰੇ ਮਰ ਗਏ। ਕੋਸ਼ਿਸ਼ ਅਸੀਂ ਬੜੀ ਕੀਤੀ, ਕਦੇ ਕੱਪੜਾ ਪਾ ਕੇ ਉੱਤੇ ਟੋਕਰੀ ਦੇ ਕੇ ਉੱਤੇ ਛਾਪਰ ਵਗੈਰਾ ਕੱਪੜਾ ਛਪੜਾ ਦਿੱਤਾ ਸੀ, ਲੇਕਿਨ ਫਿਰ ਵੀ ਉਹ ਸੁਬਾਹ ਨੂੰ ਦੋ ਚੂਚੇ ਸਾਨੂੰ ਮਰ ਗਏ ਸਨ। ਇਸ ਵਾਸਤੇ ਨਹੀਂ ਇਹਨੂੰ ਲਿਆ ਕੇ ਦਿੰਦਾ, ਕਿ ਮੌਸਮ ਥੋੜ੍ਹਾ ਜਿਹਾ ਸੈੱਟ ਹੋ ਜਾਵੇ ਤਾਂ ਫਿਰ ਇਨਸ਼ਾਅੱਲਾ ਜਿਹੜਾ ਇਹਨਾਂ ਨੂੰ ਚੂਚੇ ਛੂਚੇ ਲਿਆ ਕੇ ਦੇਣੇ, ਨਹੀਂ ਤਾਂ ਬੜਾ ਸ਼ੌਕੀਨ ਹੈ। ਕਤੂਰਾ ਵੀ ਲਿਆਵਾਂਗੇ, ਇੱਕ ਹੈ ਵੇ ਡੇਰੇ ਰੱਖੇ ਆ ਵੇ, ਉਹਨੂੰ ਵੀ ਫਿਰ ਉੱਥੇ ਲਿਆ ਕੇ ਰੱਖਾਂਗੇ। ਖਾ ਗਏ ਨੇ, ਬਾਹੜੋ ਨੇ ਅੱਗੇ ਸੁੱਟ ਦਿਓ। ਖਾਓ ਜੀ ਖਾਓ, ਖਾ ਜਾਓ ਖਾ ਜਾਓ। ਅੱਜ ਤਿੰਨ ਮੋਰ ਆਏ ਨੇ, ਆਪੇ ਦੂਸਰਾ ਵੀ ਆਵੇਗਾ ਹੁਣ। ਅਤੇ ਜਨਾਬ ਬਾਹਰ ਦਾ ਸਾਡਾ ਮੌਸਮ ਚੈੱਕ ਕਰੋ ਜਨਾਬ, ਬਾਹਰ ਬਾਹਰ ਜ਼ਮੀਨਾਂ ਦੇ ਵਿੱਚ ਅਸੀਂ ਘਰ ਬਣਾਏ ਆ, ਅਤੇ ਸਾਈਡਾਂ 'ਤੇ ਸਾਰੀਆਂ ਜ਼ਮੀਨਾਂ ਨੇ, ਇਹ ਨਾਲ ਇੱਕ ਹੋਰ ਮਕਾਨ ਬਣਿਆ ਵੇ,
ਇਹ ਜ਼ਮੀਨਾਂ ਨੇ ਪਿੱਛੇ ਨਾਲ ਫਸਲਾਂ ਬਸ ਚਲੋ ਠੀਕ ਹੈ ਫਿਰ ਜਾਓ ਜਾ ਕੇ ਖਾਣਾ ਛਾਣਾ ਖਾਓ ਥੱਲੇ ਜਾ ਕੇ ਨਾਸ਼ਤਾ ਕਰੋ। ਅੱਛਾ ਜੀ ਦੋਸਤੋ ਇਸ ਵੀਡੀਓ ਨੂੰ ਖਤਮ ਕਰਨੇ ਆ, ਉਮੀਦ ਕਰਨੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਪਸੰਦ ਆਈ ਇੱਥੇ ਚੈਨਲ ਲਾਈਕ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਹੋਰ ਖੂਬਸੂਰਤ ਮਜ਼ੀਦ ਤੁਹਾਨੂੰ ਵੀਡੀਓ ਵਿਖਾਵਾਂਗੇ। ਆਪਣਾ ਅਤੇ ਆਪਣੇ ਆਸ ਪਾਸ ਲੋਕਾਂ ਦਾ ਖਿਆਲ ਰੱਖਿਓ। ਸ਼ੁਕਰੀਆ।